हेलो, हाँ जी सत श्री अकाल जी। सत श्री अकाल जी। मैं शमशेर सिंह बोलदा जी, लॉस एंजलस हाँ तो। जी शमशेर सिंह जी, स्वागत है। दसो देखो की जी, कहना चाहते जी इस मसले पे। साहब पंजाब की धरती से आ गए ने। मैं तो यही कमेंट देवांगा कि पंजाब सरकार का बहुत दलेरी भरिया कामा भी जिहड़ा उन्हां नूं पंजाब च लैके आंदा, और बाकी होर जिहड़े पंजाब तो बाहर जेल ने उन्हां तों भी लैके आंदा। ये दलेरी भरिया तां कहना भी क्योंकि उहदी साथी पार्टी ਤੇ ਉਹਨਾਂ ਦੀ ਪੰਜਾਬ ਦੀ ਸਭ ਤੋਂ ਵੱਡੀ ਆਪੋਜੀਸ਼ਨ ਪਾਰਟੀ, ਦੋਨੇ ਪਾਰਟੀਆਂ ਇਹਨਾਂ ਨੂੰ ਲਿਆਉਣ ਦੇ ਵਿੱਚ ਵਿਰੋਧ ਕਰਦੀਆਂ ਨਹੀਂ ਨੇ ਹੁਣ ਤੱਕ। ਦੇਖੋ ਮੈਂ ਸ਼ਮਸ਼ੇਰ ਸਿੰਘ ਜੀ ਬਹੁਤ ਹੀ ਦਲੇਰੀ ਤਾਂ ਨਹੀਂ ਪੰਜਾਬ ਸਰਕਾਰ ਦੀ ਮੰਨਦਾ, ਕਿਉਂਕਿ ਜੇ ਦਲੇਰੀ ਹੁੰਦੀ ਤਾਂ ਅੱਜ ਤੋਂ ਸ਼ਾਇਦ 5 ਸਾਲ 8 ਸਾਲ 3 ਸਾਲ 2 ਸਾਲ ਪਹਿਲਾਂ ਵੀ ਇਹ ਚੀਜ਼ ਹੋ ਸਕਦੀ ਸੀ। ਜਿਵੇਂ ਆਪਣੇ ਹੁਣੇ ਕੁਝ ਹੋਰ ਸੱਜਣ ਕਿਸੇ ਨੇ ਇੱਕ ਨੇ ਕਿਹਾ ਕਿ ਸ਼ਾਇਦ ਇਹਦੇ 'ਚ ਜਿਹੜਾ ਕ੍ਰੈਡਿਟ ਆ ਉਹ ਜ਼ਿਆਦਾ ਕ੍ਰੈਡਿਟ ਜਿਹੜਾ ਵਾ ਅਰਵਿੰਦ ਕੇਜਰੀਵਾਲ ਦੀ ਆਪ ਸਰਕਾਰ ਨੂੰ ਜਾਂਦਾ ਵਾ, ਜਿਨ੍ਹਾਂ ਨੇ ਇੱਕ ਤਰੀਕੇ ਦੀ ਪਹਿਲਕਦਮੀ ਕੀਤੀ, ਕਿਉਂਕਿ ਉੱਥੋਂ ਜੇ ਸ਼ੁਰੂਆਤ ਹੋਈ ਆ ਤਾਂ ਪੰਜਾਬ ਸਰਕਾਰ ਨੇ ਇਹਨੂੰ ਨਾਲ ਮੰਨਿਆ ਵਾ, ਤਾਂ ਤਦ ਹੀ ਇਹ ਚੀਜ਼ ਹੋ ਚੁੱਕੀ ਆ। ਔਰ ਪੰਜਾਬ ਸਰਕਾਰ 'ਤੇ ਲਗਾਤਾਰ ਦਬਾਅ ਜਿਹੜਾ ਵਾ ਉਹ ਬਣਿਆ ਆ ਰਿਹਾ ਸੀ, ਕਿਉਂਕਿ ਪਹਿਲਾਂ ਭਾਈ ਗੁਰਬਖਸ਼ ਸਿੰਘ ਨੇ ਇਹਨਾਂ ਕੈਦੀਆਂ ਨੂੰ ਲੈ ਕੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਖੈਰ ਉਹ ਭੁੱਖ ਹੜਤਾਲ ਜਿਹੜੇ ਮਕਸਦ ਨਾਲ ਉਹਨਾਂ ਨੇ ਸ਼ੁਰੂ ਕੀਤੀ ਸੀ ਉਹ ਸਿਰੇ 'ਤੇ ਤਾਂ ਨਹੀਂ ਚੜ੍ਹੀ, ਲੇਕਿਨ ਉਸ ਤੋਂ ਬਾਅਦ ਹੁਣ ਸੂਰਜ ਸਿੰਘ ਖਾਲਸਾ ਨੇ ਜਿਹੜੀ ਸ਼ੁਰੂ ਕੀਤੀ ਆ ਉਹ ਇਸ ਵੇਲੇ ਉਹਨਾਂ ਦਾ ਦ੍ਰਿੜ ਇਰਾਦਾ ਵਾ, ਉਹ ਕਹਿ ਰਹੇ ਆ ਕਿ ਮੈਂ ਨਹੀਂ ਟਲਣਾ ਜਿੰਨਾ ਚਿਰ ਤੱਕ ਇਹ ਨਹੀਂ ਜਿਹੜੇ ਕੁਝ ਕੈਦੀ ਆ ਰਿਹਾਅ ਨਹੀਂ ਹੋ ਜਾਂਦੇ, ਔਰ ਰਿਹਾਅ ਤੋਂ ਪਹਿਲਾਂ ਉਹਨਾਂ ਨੂੰ ਇੱਥੇ ਤਬਦੀਲ ਜ਼ਰੂਰ ਕਰਨਾ ਚਾਹੀਦਾ।